ਲੈ ਉਹ ਆਉਂਦਾ ਮੁੰਡਾ, ਪਤਾ ਨਹੀਂ ਕੋਈ ਗੱਲ ਕੀਤੀ ਹੈ ਕਿ ਨਾ ਰਿਸ਼ਤੇ ਦੀ। ਬੇਬੇ ਕੀ ਗੱਲਾਂ ਕਰੀ ਜਾਂਦੀਆਂ ਬੈਠੀ ਕੱਲੀ? ਮੈਂ ਤਾਂ ਆਈ ਕਰਦੇ ਤੂੰ ਵੀ ਗੱਲ ਕੀਤੀ ਹੈ ਕਿ ਨਾ ਕੁੜੀ ਦੇ ਬਾਰੇ ਰਿਸ਼ਤੇ ਦੀ, ਜਿਹੜੀ ਆਪਾਂ ਹੁਣ ਚੱਲੀ ਜਾਂਦਾ। ਰਿਸ਼ਤੇ ਵੇ ਮੈਂ ਤਾਂ ਖੇਤ ਗਿਆ ਸੀ, ਉੱਥੇ ਮੈਨੂੰ ਫੋਨ ਆਇਆ ਸੀ ਮੇਰੀ ਸਾਲੀ ਦਾ। ਹਾਂ ਉਹ ਤਾਂ ਮੈਨੂੰ ਐਂ ਕਹਿੰਦੀ ਸੀ ਵੀ ਥਾਂ ਤਾਂ ਬੜਾ ਵਧੀਆ, ਵੀ ਭੈਣ ਸਾਰੇ ਕੰਮ ਜਾਣਦੀ ਹੈ, ਕੋਈ ਲਾਂਭਾ ਨਾ ਆ ਜੇ। ਅੱਛਾ, ਕੰਮ ਤੇ ਤਾਂ ਹੁਣ ਜਾਣਦੀ ਹੈ, ਕੰਮ ਤਾਂ ਸਾਰੇ ਕਰਦੀ ਹੈਗੀ। ਉਹ ਤਾਂ ਵੀ ਤੇਰੀ ਗੱਲ ਠੀਕ ਹੈ, ਪਰ ਜੇ ਨਹੀਂ ਕੋਈ ਕੰਮ ਜਾਣਦੀ ਤਾਂ ਭੈਣ ਨੂੰ ਸਿਖਾ ਦਿਓ, ਘਰ ਵਾਲਾ ਚੰਗਾ ਕੋਈ ਗੱਲ ਮਗਰੋਂ ਲਾਂਭੇ ਵਾਲੀ ਨਾ ਹੋ ਜੇ। ਕੰਮ ਤਾਂ ਹੁਣ ਦਰਪਤੀ ਕਰੀ ਜਾਂਦੀ ਹੈਗੀ, ਸਾਲੀ ਕਿਹੜਾ ਤੇਰੀ ਜੱਜ ਲੱਗੀ ਹੈ ਵੀ ਹੰਡੇ ਤਾਨੇ ਮੋੜੇ ਜੀ ਦੇਈ ਜਾਂਦੀ ਹੈਗੀ। ਫਿਰ ਲੈ ਬੇਬੇ, ਤੂੰ ਤਾਂ ਮੈਨੂੰ ਹੁਣ ਐਂ ਕਹਿਣ ਲੱਗ ਗਈ, ਉਹਨਾਂ ਨੇ ਤਾਂ ਆਪਾਂ ਨੂੰ ਚੰਗੀ ਗੱਲ ਹੀ ਕਹੀ ਹੈ, ਮਾੜੀ ਨਹੀਂ ਕਹੀ। ਆਪਣੀ ਕੁੜੀ ਕਿ ਤੈਨੂੰ ਵੀ ਪਤਾ ਕੰਮ ਕੀ ਨਹੀਂ ਕਰਦੀ, ਸਾਰਾ ਕੰਮ ਕਰਦੀ ਹੈ। ਬੇਬੇ ਮੈਂ ਤੈਨੂੰ ਐਂ ਕਹਿਣਾ ਵੀ ਜੇ ਨਹੀਂ ਭੈਣ ਕੋਈ ਕੰਮ ਜਾਣਦੀ ਤਾਂ ਉਹਨੂੰ ਸਿਖਾ ਦਿਓ ਹਜੇ। ਚੱਲ ਐ ਤਾਂ ਕਹਿ ਦੂ ਹਰਪ੍ਰੀਤ ਮਾਰਾ ਵੱਟਾ ਭਈਏ, ਤੈਨੂੰ ਮਾਰਾ ਤੂੰ ਇਹਨੂੰ ਸਿਖਾ ਦੇ, ਹੈਨਾ। ਹਾਂ, ਕੰਮ ਤਾਂ ਚੱਲ ਤੁਹਾਡਾ ਭਈ ਨੰਦ ਭਜਾਈਆਂ ਰਲ ਕੇ ਚੱਲੋਗੇ ਤਾਂ ਵਧੀਆ, ਹੋਰ ਟਾਈਮ ਪਾਸ ਹੋਈ ਮੇਰੀ ਜਾਊਗਾ। ਸਾਲੀ ਕਹਿੰਦੀ ਸੀ ਵੀ ਕੋਈ ਲਾਂਭਾ ਨਾ ਆਵੇ, ਜੇ ਨਹੀਂ ਕੋਈ ਭੈਣ ਜਾਣੀ ਤਾਂ ਹੁਣ ਕੰਮ ਸਿਖਾ ਕੇ ਭੇਜਿਓ ਉਹਨੂੰ। ਚੱਲ ਐ ਤਾਂ ਹੁੰਦੀ ਹੈ ਤੇ ਵੀ ਕੰਮ ਆਪਾਂ ਵੀ ਕਹਿੰਦੇ ਆ ਵੀ ਆਪਣੇ ਜੇ ਕੁਤੀ ਆਊਗੀ ਤਾਂ ਭਈ ਕੰਮ ਵਧੀਆ ਸਿੱਖ ਕਰੇ ਘਰ ਦਾ, ਹਾਂ ਹੈ। ਹਾਂ ਬੇਬੇ, ਇਹ ਗੱਲ ਕਹਿਣਾ ਮੈਂ ਤੈਨੂੰ, ਤੂੰ ਤਾਂ ਹਾਂ, ਮੇਰੀ ਗੱਲ ਦਾ ਗੁੱਸਾ ਮੰਨ ਗਈ ਸੀ। ਗੁੱਸਾ ਤਾਂ ਫਿਰ ਆ ਹੀ ਜਾਂਦਾ ਜਦੋਂ ਉਹ ਮਾੜੀ ਮਾੜੀ ਗੱਲਾਂ ਤਾਂ ਉਹ ਜਵਾਬ ਜੀ ਦੇ ਜਾਂਦੀ ਹੈਗੀ ਵੀ ਨਹੀਂ, ਐਡੀ ਕੋਈ ਕੁੜੀ ਕਿਹੜਾ ਆਪਣੀ ਕਮਲੀ ਬੋਲੀ ਵੀ ਕੁਛ ਆਉਂਦਾ ਨੀਗਾ। ਕਮਲੀ ਬੋਲੀ ਨਹੀਂ ਬੇਬੇ, ਉਹਨਾਂ ਨੇ ਕਿਹਾ, ਉਹਨਾਂ ਨੇ ਤਾਂ ਕੰਮ ਹੀ ਕਿਹਾ ਵੀ ਸਵਾਰ ਕੇ ਨਾ ਸਿਖਾ ਦਿਓ, ਹੁਣ ਤਾਂ ਆਪਾਂ ਖੜ ਜਾਾਂਗੇ 4 ਦਿਨ। ਨਾ ਨਾ, ਕੰਮ ਤਾਂ ਹੁਣ ਵਧੀਆ ਲੀੜਾ ਕੱਪੜਾ ਸਿਉਂਦੀ ਆ, ਕੰਮ ਕੀ ਨਹੀਂ ਜਾਣਦੀ, ਸਾਰਾ ਕੰਮ ਜਾਣਦੀ ਹੈ। ਉਹ ਤਾਂ ਠੀਕ ਹੈ ਬੇਬੇ, ਹਾਂ ਜਦੋਂ ਜੇ ਆਪਾਂ ਰਿਸ਼ਤਾ ਕਰਤਾ ਨਾ, ਫਿਰ ਅਗਲਾ ਵਿਆਹ ਨੂੰ ਖੜਦਾ ਨਹੀਂ ਹੁੰਦਾ। ਐ ਤਾਂ ਪਤਾ ਹੈ ਕੋਈ ਖੜਦਾ ਨਹੀਂ ਹੁੰਦਾ, ਹੁਣ ਤਾਂ ਉਹਦੇ ਵਾਲਾ ਕਹਿੰਦਾ ਵਿਆਹ ਦੇ ਦਿਓ ਸਾਨੂੰ, ਹਾਂ ਹੈ। ਚਾਹ ਕੋਈ ਨਾ ਹਰਪ੍ਰੀਤ ਨੂੰ ਕਹਿ ਦੂ ਭਾਈ ਨਹੀਂ ਆਉਂਦੀ ਮਾੜਾ ਮੋਟਾ, ਤਾਂ ਮੈਂ ਆਪੀ ਕਹਿ ਦੂ ਭਾਈ ਇਹਨੂੰ ਦੱਸ ਦੇ, ਠੀਕ ਹੈ ਤੇ ਮੈਂ ਬੇਬੇ। ਉਹਨੂੰ ਜਸਵਿੰਦਰ ਕਹਿੰਦੀ ਚਾਹ ਬਣਾ ਕੇ ਲਿਆ। ਹਾਂ, ਤੂੰ ਸਾਰਾ ਕੰਮ ਦਾ ਨਾ ਹੁਣ ਮਾੜਾ ਜਿਹਾ ਖਿਆਲ ਰੱਖੀ ਗੱਲ ਦਾ, ਨਾ ਨਾ ਹੁਣ ਤਾਂ ਮੈਂ ਖਿਆਲ ਰੱਖੂੰਗੀ ਤੇ ਮੈਂ ਮੱਝਾਂ ਨੂੰ ਮੰਨਦਾ ਬਾਗਲ 'ਚ ਜਾਣਾ ਮਾੜਾ ਜਿਹਾ। ਚੰਗਾ, ਹੋਰ ਚਾਰ ਪਸ਼ੂ ਨੂੰ ਵੀ ਜ਼ਰੂਰੀ ਹੈ ਦੇਖਣਾ, ਵਿਚਾਰੇ ਭੁੱਖੇ ਤੇ ਆਏ ਖੜੇ ਨੇ, ਕਿਹੜਾ ਟਾਈਮ ਆ ਗਿਆ। ਜਸਵਿੰਦਰ ਚਾਹ ਲਿਆ ਬਣਾ ਕੇ। ਬੇਬੇ ਕੀ ਹੋਇਆ? ਮੈਂ ਚਾਹ ਕਹੀ ਇੰਨੀ ਵੀ ਚਾਹ ਬਣਾ ਕੇ ਲਿਆ ਦੇਵ, ਤਾਂ ਹਰਪ੍ਰੀਤ ਨੂੰ ਕਹਿੰਦੀ 10 ਮਿੰਟ ਪੈਣ ਵੀ ਦੇ ਦਿਆ ਕਰ, ਮੈਂ ਹੁਣ ਤਾਂ ਹੁਣ ਪਈ ਸੀ ਜਾ ਕੇ ਹਰਪ੍ਰੀਤ ਮੰਜੇ। ਨੂੰ ਪਤਾ ਨਹੀਂ ਹਜੇ ਜੇ ਪੈਰ ਚ ਮਾਰਦੀ ਪਤਾ ਨਹੀਂ ਕਿੱਧਰ ਵਗ ਗਈ, ਮੈਂ ਕਿਹਾ ਕਿਤੇ ਸੁਣੂਗੀ ਮੈਂ, ਤੇ ਤੈਨੂੰ ਕਹਿਤਾ ਵੀ ਚਾਹ ਬਣਾ ਲਿਆ, ਤੇ ਉਹਨੂੰ ਕਹਿ ਦਿੰਦੀ ਤੇਰੀ ਨੂੰਹ, ਉਹਨੂੰ ਵੀ ਕਿਸੇ ਵੇਲੇ ਕਹਿ ਦਿਆ ਕਰ। ਹੁਣ ਉਹ ਵੀ ਚਲ ਆਇਆ ਮਾੜਾ ਮੋਟਾ ਉਧਰ ਕੰਮ ਕਰਕੇ ਸੀ, ਤੂੰ ਵਾਹ ਟਾਈਮ ਹੋ ਗਿਆ ਪਈ ਨੂੰ, ਚਲ ਮੈਂ ਹੁਣ ਪੈ ਜਾਂਦੇ। ਵਾਹ ਵਾਹ ਟਾਈਮ ਕਿੱਥੇ ਹੋ ਗਿਆ, ਹੁਣ ਪਈ ਸੀ ਹਜੇ, ਲੈ ਹੁਣ ਤੈਨੂੰ ਘੰਟਾ ਲਾ ਹੋ ਗਿਆ ਪਈ ਨੂੰ, ਉਹ ਹੁਣ ਗਈ ਹੈ ਬਸ, ਪਤਾ ਨਹੀਂ ਕੀ ਤੂੰ ਤਾਂ ਕਰਦੀ ਆਪਣੀ ਸੀ। ਜਰਦੀ ਹੈਗੀ, ਤੂੰ ਵੀ ਹਰਪ੍ਰੀਤ ਨਾਲ ਦੀ ਹੋ ਕੋਈ ਨਹੀਂ, ਜਾਂਦੀ ਐ ਹੈ। ਤਾਂ ਫਿਰ ਦੋਨਾਂ ਬਣੀ ਦੇਖਣਾ ਪੈਂਦਾ ਹੈਗਾ। ਲੈ ਹੁਣ ਇਹ ਵੀ ਔਖੀ ਭਾਰੀ ਹੋਣ ਲੱਗ ਗਈ ਮੇਰੇ ਤੇ, ਪਤਾ ਨਹੀਂ ਕੀ ਮਾਂ ਐਡਾ ਬੁਰਾ ਕਰਦੀ ਇਹਨਾਂ ਦਾ, ਮੈਂ ਤਾਂ ਇਹਦੇ ਬਾਰੇ ਇੰਨਾ ਸੋਚੀ ਇਹਨੇ ਵੀ ਵਧੀਆ ਮੁਲਾਜ਼ਮ ਭਾਲਾ ਇਹ ਹੋਏ, ਉਹੀ ਸਿਰ ਸਿਰ ਚੜ ਗਈ ਵੀ ਪਤਾ ਮੇਰੀ ਮਾਂ ਨੂੰ ਕੁਛ ਸਮਝਦੀ ਹੈ ਕਿ ਨਾ। ਬੇਬੇ ਚਾਹ ਬਣਾਵਾ? ਚਾਹ ਮੈਂ ਜਸਵਿੰਦਰ ਭੇਜੀ ਹੋਈ ਹੈਗੀ, ਬਣਾਉਂਦੀ ਬਣਾ ਹੈ? ਕੇ ਕਹਿੰਦੀ ਮੈਂ ਲਿਆ ਦੇਣੀ ਚਾਹ। ਚੱਲ ਬਣਾ ਲਾ ਉਹਨਾਂ ਦੇ, ਕੋਈ ਗੱਲ ਹਾਂ, ਨਹੀਂ। ਤੂੰ ਕਿੱਧਰ ਫਿਰਦੀ ਹੈ ਪੈਰ ਜੇ ਮਾਰਦੀ? ਮੈਂ ਤਾਂ ਬਸ ਬੇਬੇ ਇੱਧਰ ਹੀ ਗਈ ਸੀਗੀ, ਬਾਥਰੂਮ ਜੇ ਸਾਫ ਕਰਕੇ ਆਈ ਆਂ। ਹੋਰ ਉਹ ਢੇਰੀ ਵਾਲੀ ਆਈ ਸੀ ਨਾ, ਵਾਲੀ ਨੇਰੀ ਸੀਗੀ। ਹੋਰ ਪੁੱਛਣਾ ਇੰਨਾ ਮਿੱਟ ਹਾਂ, ਚੜਿਆ ਪਿਆ ਗਾ, ਕਰੇ ਸਫਾਈ? ਸਫਾਈਆਂ ਤਾਂ ਮੈਂ ਕਰ ਲਵਾਂ। ਹਾਂ, ਤੇ ਰਿਸ਼ਤੇ ਬਾਰੇ ਸੱਚ ਕਿਵੇਂ ਬਣਿਆ ਫਿਰ? ਉਹ ਤਾਂ ਰਿਸ਼ਤੇਦਾਰ ਵੀ ਚੱਲ ਕਹਿਤਾ ਦਰਲਾਲ ਨੂੰ। ਹਾਂ ਕਰਤੀ? ਹਾਂ ਕਰਤੀ, ਤੇ ਫਿਰ ਆਪਾਂ ਨੂੰ ਕੋਈ ਦੱਸਿਆ ਦੁੱਸਿਆ ਤਾਂ ਹੈ ਨਹੀਂ ਉਹਨਾਂ ਨੇ? ਆਪਾਂ ਨੂੰ ਕੀ ਦੱਸਿਆ, ਉਹ ਕਹਿੰਦੇ ਭਈ ਕੁੜੀ ਨੂੰ ਮਾੜਾ ਮਾੜਾ ਕੰਮ ਸਿਖਾ ਲਓ। ਹੁਣ ਫੋਨ ਕੀਤਾ ਸੀ ਤੁਹਾਡੇ ਕੋਲੇ? ਹੋਰ ਫੋਨ ਕੀਤਾ ਤੇਰੀ ਭੈਣ ਨੇ? ਨਾ ਮੈਨੂੰ ਤਾਂ ਪਤਾ ਨਹੀਂ ਪਤਾ ਬੇਬੇ, ਨੀਗਾ ਨਾ। ਹੋਰ ਕਹਿੰਦੀ ਅਸੀਂ ਵੀ ਉਹਨੂੰ ਕੰਮ ਸਿਖਾਓ ਮਾੜਾ ਮਾੜਾ ਵੀ ਵਧੀਆ ਕੰਮ ਕਰੂਗੀ, ਕਿ ਮੁੰਡਾ ਮੁਲਾਜ਼ਮ ਹੈ, ਅੱਜ ਮੁਲਾਜ਼ਮ ਚੀਜ਼ਾਂ ਖਾਂਦੇ ਨੇਗੇ ਵੀ ਹੋਰ ਉਹ ਜਿਹਾ ਕੁਛ ਬਣਾਉਣਾ ਸਿਖਾਓ ਉਹਨੂੰ ਹਾਂ, ਇਹ ਮਾੜਾ ਤਾਂ ਹੈ ਮਾੜਾ, ਬੇਬੇ। ਚਲ ਕੋਈ ਨਹੀਂ, ਹਾਂ ਸਿਖਾ ਦਾਂਗੇ। ਹੋਰ ਹੁਣ ਤੇਰੀ ਜ਼ਿੰਮੇਵਾਰੀ ਹੈ ਉਹਨੂੰ ਸਿਖਾ ਚੱਲ, ਮਾੜਾ ਮੈਂ ਮੋਟਾ। ਵੀ ਸਿਖਾ ਦੂੰਗੀ ਮਾੜਾ ਮੋਟਾ, ਤੂੰ ਵੀ ਕਹੀ ਬੇਬੇ। ਐਦਾਂ ਬਥੇਰਾ ਸਮਝਾਉਣੀ ਹੈ ਪਰ ਹੋਰ ਹੀ ਪਾਸੇ ਮੇਰੇ ਤਾਂ ਗੱਲ ਉਲਟ ਲੈ ਜਾਂਦੀ ਹੈ, ਪਤਾ ਹੁਣ ਮੇਰੇ ਤੇ ਕਾਹਤੋਂ ਲੱਗਣ ਲੱਗ ਗਈ ਉਹ। ਲੱਗਣ ਤਾਂ ਬਸ ਐਂ ਲੱਗ ਗਈ ਵੀ ਹਰਪ੍ਰੀਤ ਦਾ ਕਾਹਤੋਂ ਕਰ ਹੋਰ ਗਈ। ਫਿਰ ਉਹੀ ਗੱਲ ਸੱਸਰ ਦਾ ਨਾ ਤਾਂ ਤੈਨੂੰ ਕਿ ਨੂੰਹ ਨੂੰ ਸਿੱਟਿਆ ਜਾਂਦਾ ਕੋਈ ਪਾਸੇ। ਹਾਂ ਉਹ ਧੀ ਲੈ, ਮੈਂ ਆਈ ਕਿਹੜਾ ਐਂ ਕਹਿੰਦੀ ਵੀ ਉਹਦਾ ਕਰਨਾ, ਤੂੰ ਮੈਂ ਤਾਂ ਕਹਿੰਦੀ ਚੱਲ ਭੈਣ ਦਾ ਵੀ ਕਰ ਪਈ। ਮੈਂ ਤਾਂ ਭਈ ਤੈਨੂੰ ਵੀ ਉਹਦੀ ਕੋਈ ਇੱਕ ਮੇਰੇ ਨੂੰਹ ਹੈ ਮਸਾ। ਹਾਂ ਨਾ ਤਾਂ ਮੈਂ ਤੈਨੂੰ ਨਹੀਂ ਤਾਂ ਜਵਾਬ ਉਹ ਕਰ ਪਹਿਲਾਂ ਤੂੰ ਸਕਦੀ। ਬਾਲਾ ਉਹਦੇ ਮਾਂਗਰ ਲੱਗਦੀ ਸੀ ਨਾ, ਉਹਨੂੰ ਉਹੀ ਹਿਸਾਬ ਸਮਝਦੀ ਉਹ। ਬਸ ਉਹੀ ਗੱਲ ਹੈ, ਥੋੜੀ ਦਿਮਾਗ ਦੀ ਘਾਟ ਪੈ ਜਾਂਦੀ ਹੈਗੀ ਹੈ। ਚਲੋ ਉਹ ਕੋਈ ਪਤਾ ਹੀ ਨਹੀਂ, ਆਪੇ ਲੱਗਦਾ। ਸਿਆਣੀ ਹੋ ਜੂਗੀ, ਹਾਂ ਅਸਲ ਤਾਂ ਸਿਆਣੀ ਕੁੜੀ ਸੌਰੀ ਜਾ ਕੇ ਹੁੰਦੀ ਹੈ, ਉੱਥੇ ਦਿਮਾਗ ਖੁੱਲਦਾ ਹੈ ਹਾਂ ਬਗਾਨੇ ਘਰ। ਹਾਂ ਹੈ, ਚਲ ਮੈਂ ਦੇਖਦੀ ਹਾਂ ਉਹਨੂੰ। ਹਾਂ ਨਾ ਕੋਈ ਨਾ।
है तो है ही है माड़ा जी, हुण तू सिखेगी फिर तेरे दिमाग च पता लगूगा कोई बगाने घर कि चाह फड़ाई दी हुंदी हैगी। जे तू मेरे सहुरे आवेंगी ना ओते सारे काम कर दिया करूंगी। नखरे वाले नी करन लग गई। नखरे क्यों, तू तो हरप्रीत हाथ फड़ लिया। हरप्रीत वाला क्यों फड़, तू तो नखरे कर दी पीनी पी लैनी। नखरे अखा भी चंगी ला दी फिर ही पीऊंगी जे चाह वधिया होगी ना। इत पत्ती है ना मिठा। तेन दो चार दिन का नूह का बदा लग गया। नूह तो फिर मेरी आपदे थी, तू धी है तेन भी माड़ा माड़ी झिड़कू ता भी तेन कोई होर फर्क नहीं पैंदा। तो रखती नहीं है मेरे नाल। रखती है बनी जानी है हूं तेन आए भी मेरे से छेती मेरा जूड़ बढ़ो छेती भी मां ना फर्क पवा। मैं मैं कदों क्या मेरा ब्याह कर दो ना। चाह लै जा पर चक्के लिया के मत्थे मारी छड़ी चाह। नखरे बाले करन लगी थोड़े तो। नखरे नहीं जसविंदर कुछ माड़ा सिख लाए ना चाह ना पत्ती कुछ ना दुध तो जमी नहीं पाउंदी। फिर आप बना के पी लिया कर बेबे। आ तो चल कोई ना मेनू है आपे बथेरा बना दूंगी। मैं ओनू कहनी है हरप्रीत चाह बना के लिया। नूह वाली पी ली जंगा कॉफी बनी कोई ना। नूह वाली पीऊंगी कोई नी। तेनू ओदो पता लग जाएगा चंबल ही जाती है ऊ ही दिमाग खा लैंदी है। बेबे की हो गया कत बोली जाती सी जसविंदर ना। बड़े चाह बना के लिए जमी नहीं किसी काम की हूं तो आप जूड़ बढ़न लग गई। चाह कप बेबे बना के देव डी आेबे चाह बना ली। चल मैं घरे जाके आने हरप्रीत चंगा। कोई नहीं नहीं जाया मैं जरूरी। कोई नहीं जाया आई। हाँ चंगा पी लो चाह। चंगा ना चाह तो जमी जमें जसिंदर बनाने आए बना के लिया के दिती है। किन्नी स्वाद बनाई है इन्हों का भेत ही नहीं की गल हो घर च काले माले। चल ठीक है मैं उन्होंने जाके आनी है। ले बेबे पता नहीं किधर जाती सी। हरप्रीत पानी का गिलास लिया। बेबे किधर जाती सी अपनी। बेबे तो कहती मैं ताई कोले काम है कि ताई कोले जाके आनी है। मैं जाया वो तो ठीक है। मैनू फोन आया सी तेरी भैन का अज अज। ओ बेबे दसदी सी बेबे ने मैं कोई गल राह नहीं पाई भी फोन आया कि मैं आख लै। चल बेबे ना गल कर ली। मैं की गल है ओ माई बेबे नु सारी गल समझाई सी। तुसी दसी सी तेरी भैन ने कहा सी भी थां दा बड़ा चंगा घर था। हां जी भैन काम सारा जानदी है जे माड़ा मोटा घट जानी दा सिखा जो कोई लंबी वाली गल ना हो जे। ओ ता मेनू किदे नी कहया ओने मैं तेनु दसया सी भी भैन ने कहया भी काम धंदे तेरी ननद नु सारे सिखा दे। बाज मार के आंदी कप चाह तू करके लिया के दे। मेरी गल सुन लै तेरी चाह कि तू पसंद नहीं करी जसविंदर तो करा हुंदी सी। जसविंदर तो कराउंदी हुंदी सीगी। जसविंदर वाली तां फिर अज उहने पसंद नहीं कीती। तुहानूं की पता है इह की कही जांदी है तूं। नहीं मैं तां कुछ नहीं कहनी। मैं तां इह कहनी आं वी कोई नहीं हौली हौली भैण सिख लूगी। चल उह तां गल ठीक है तूं वी माड़ा नाले तूं बाला बुढ़ियां वालियां गल्लां च ना बड़िया कर। तूं आपदे कम्म ते ही मतलब रख्या कर। भैण नूं कम्म सिखाउणा साडा कम्म है मेरा ते बेबे दा। उह तां तुहाडी गल ठीक है। हां पर मैनूं तेरी भैण ने कहा सीगा जे लांबा आऊ तां तैनूं वी उड्डा ही आऊगा। उह तां है फिर हूं असि दो जानिया है सिखाने वाली। तू क्यों फिक्र करता उन्हें। चलो चंगी गल है मैं तो कहना काम सारा सिखा दो कोई लांबा ना आवे। चंगा गल ते गौर करी हूं। गौर ही हैगी कोई नहीं सिखा दूंगी मैं। मैंने तू फिक्र जे करिया फिक्र करना पैंदा हैगा। चंगा हुण तुसीं किधर जांदे हो। मैं तां किधरे नहीं जांदा गा इत्थे ही आगा। चल भग जो इहदा नहीं पता लगदा ले टोले करी दस की लैना बुढ़िया गल बुढ़िया सिखा होंगे। हूं तू सिखाएगा कुड़ी चाह पानी कर। कुड़ी सोनू की पता है चाह पानी का। छोटी कुड़ी तो गल शुरू तो जान दूगी नहीं कुछ करना। यह गल जेड़ी चीज मैं बना लादी सी बेबे नू कप भर के चाह बना ली। चाह का कप भर के कड लिया चो ओ पा दी सी पानी। यह है हूं जे मैं तेन दस दी
ਤਾਂ ਫਿਰ ਤੈਨੂੰ ਲੱਗੂਗਾ ਬੁਰਾ ਵੀ ਮੇਰੀ ਭੈਣ ਨੂੰ ਕੀ ਕਹਿੰਦੀ ਹੈ, ਤੇ ਜੇ ਤੈਨੂੰ ਸੱਚ ਦਾ ਪਤਾ ਲੱਗ ਗਿਆ ਫਿਰ ਵੀ ਤੈਨੂੰ ਦੁੱਖ ਆਊਗਾ ਵੀ ਇਹੋ ਜਿਹਾ ਕੁਛ ਕਰਦੀ ਸੀ ਮੇਰੀ ਭੈਣ ਇਹਦੇ ਨਾਲ, ਤਾਂ ਹੀ ਤਾਂ ਉਹ ਮੇਰੇ ਨਾਲ ਖੋਬਾਂ ਕੱਢਦੀ ਸੀਗੀ ਇਹੋ ਜਿਹਾ ਕੁਛ ਕਰਿਆ ਨੇ। ਹੈਂ ਹੁਣ ਚੱਲ ਮੈਂ ਤਾਂ ਐਂ ਕਹਿੰਦੀ ਹਾਂ ਵੀ ਚੱਲ ਜਿਹੜੀ ਗਲਤੀ ਉਹ ਤਾਂ ਹੋ ਗਈ ਹੋ ਗਈ, ਹੁਣ ਮੈਂ ਉਹਦੀ ਗਲਤੀ ਨੂੰ ਸੁਧਾਰ ਦਿਆਂ, ਉਹਨੂੰ ਸਾਰੇ ਕੰਮ ਸਿਖਾ ਦਾਂ। ਹੁਣ ਬੇਬੇ ਵੀ ਫਿਕਰ ਕਰਦੀ ਹੈ, ਬੇਬੇ ਪਤਾ ਨਹੀਂ ਤਾਈ ਕੋਲੇ ਹੁਣ ਲੈਣ ਕੀ ਗਈ ਹੈ, ਚੱਲ ਬੇਬੇ ਨੂੰ ਆਈ ਨੂੰ ਪੁੱਛੂੰਗੀ ਤੇ ਚੱਲ ਮੈਂ ਜਸਵਿੰਦਰ ਨਾਲ ਕਰਦੀ ਹਾਂ ਗੱਲ ਵੀ ਭਾਈ ਤੂੰ ਹੁਣ ਸਿੱਖ ਲਾ ਮੇਰੇ ਤੋਂ, ਪਹਿਲਾਂ ਤੂੰ ਮੇਰੇ ਕਰੀ ਚੀਜ਼ ਪੜਾਉਂਦੀ ਸੀ ਤੇ ਬੇਬੇ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ। ਹੁਣ ਲੈ ਦੇਖ ਲੈ ਮੋਬਾਈਲ ਚੱਕ ਕੇ ਬਹਿ ਜਾਂਦੀ ਹੈਗੀ ਹੈ, ਬੇਬੇ ਨੂੰ ਤਾਂ ਇੱਥੋਂ ਤੱਕ ਨਹੀਂ ਜਾਣ ਦਿੰਦੀ, ਐਂ ਨਹੀਂ ਕੋਈ ਕੰਮ ਕੀਤਾ ਸਿੱਖ ਲਾਂ। ਜਸਵਿੰਦਰ ਆ ਫੋਨ ਪਰੇ ਧਰ ਮੇਰੀ ਗੱਲ ਸੁਣ, ਗੱਲ ਸੁਣਾ ਦੇ, ਗੱਲ ਤਾਂ ਕੰਨਾਂ ਨੇ ਸੁਣਨੀ ਹੈ ਫੋਨ ਨੇ ਥੋੜੀ ਸੁਣਨੀ ਹੈ। ਕੁੜੇ ਤੂੰ ਜਵਾਬ ਬਾਲੀ ਸਿੱਖੂਗੀ ਦੇਣ। ਲੈ ਫਿਰ ਤੂੰ ਗੱਲ ਸੁਣਾ ਦੇ, ਫੋਨ ਤੈਨੂੰ ਕੀ ਕਹਿੰਦਾਗਾ, ਫੋਨ ਤਾਂ ਮੇਰੇ ਹੱਥ 'ਚ। ਗੱਲ ਤਾਂ ਤੈਨੂੰ ਮੈਂ ਸੁਣਾਉਣੀ ਆ ਬਈ, ਦੇਖ ਮੈਂ ਨਹੀਂ ਕਦੇ ਬੇਬੇ ਕੋਲੇ ਕੀਤੀ ਗੱਲ, ਮੈਂ ਕਹਿੰਦੀ ਮਾਮਾ ਧੀਆਂ ਦਾ ਪੜਦਾ ਹੁੰਦਾ, ਪਹਿਲਾਂ ਤੂੰ ਮੇਰੇ ਵਾਲਾ ਸਮਾਨ ਬੇਬੇ ਨੂੰ ਫੜਾਉਂਦੀ ਰਹੀ ਹੈ, ਚੱਕ ਕੇ ਫੜਾਉਂਦੀ ਰਹੀ ਹੈ ਕਿ ਨਾ। ਫਿਰ ਕੀ ਹੋ ਗਿਆ ਜੀ ਫੜਾਤਾ? ਫਿਰ ਤੈਨੂੰ ਆਉਂਦਾ ਕੀ ਹੈ? ਕੋਈ ਨਹੀਂ ਸਿੱਖ ਲੂੰਗੀ। ਜਿਵੇਂ ਤੂੰ ਮੈਨੂੰ ਅੰਦਰ ਵੜ ਕੇ ਕਹਿ ਕੇ ਆਉਣੀ ਹੈ, ਇੱਕ ਤੈਨੂੰ ਚਾਹ ਨਹੀਂ ਕਰਨੀ ਹੁੰਦੀ ਤਾਂ ਡੱਬਕਲ ਪਾਣੀ ਕਰਤਾ, ਨਾਲੇ ਉਹੀ ਚਾਹ ਤੂੰ ਲੈ ਕੇ ਆਈ। ਬੇਬੇ ਨੂੰ ਆ ਕੇ ਕਹਿਤਾ ਵੀ ਆ ਉਹਨੇ ਹਰਪ੍ਰੀਤ ਨੇ ਇਹੀ ਜੀ ਕਰੀ, ਉਹਦੇ ਵਿੱਚ ਤੂੰ ਪਾਤਾ ਪਾਣੀ, ਮੈਨੂੰ ਤੇਰੀਆਂ ਸਾਰੀਆਂ ਬਹਿਬਤਾਂ ਦਾ ਪਤਾ, ਇੱਕ ਵੀ ਨਹੀਂ ਮੈਥੋਂ ਲੁਕੀ। ਫਿਰ ਹੁਣ ਮੈਂ ਕੀ ਕਰਾਂ ਜੀ, ਬਹਿਬਤਾਂ ਦਾ ਪਤਾ ਤੈਨੂੰ ਪਤਾ ਤਾਂ ਪਤਾ ਸੀ, ਫਿਰ ਕੰਮ ਕਰਨ ਸਿੱਖ ਲਾ ਮੈਂ ਤੈਨੂੰ ਦੱਸਾਂ। ਹੁਣ ਤੇ ਦੇਖ ਰਿਸ਼ਤੇ ਦੀ ਗੱਲ ਚੱਲੀ ਜਾਂਦੀ ਹੈ, ਉਹਨਾਂ ਨੇ ਇੱਕ ਮਹੀਨਾ ਕਿਹਾ ਵੀ ਇੱਕ ਮਹੀਨੇ ਨੂੰ ਆਪਾਂ, ਬੇਬੇ ਕਹਿੰਦੀ ਹਜੇ ਮਹੀਨਾ ਖੜ ਜਾਂਦੇ ਆ, ਮਹੀਨੇ ਚ ਸਾਰੇ ਕੰਮ ਸਿਖਾ ਦੇ, ਮੈਨੂੰ ਬੇਬੇ ਨੇ ਕਿਹਾ। ਅੱਛਾ ਤੁਸੀਂ ਆਪਦੀ ਮਰਜ਼ੀ ਨਾਲ ਹੀ ਕਹਿਤਾ ਮਹੀਨੇ ਚ ਹੈ? ਪੁੱਛਿਆ ਨਹੀਂ, ਦੱਸਿਆ ਨਹੀਂ ਕਿਸੇ ਨੂੰ, ਮੈਂ ਨਹੀਂ ਹਜੇ ਕਰਾਉਣਾ ਰਸਤਾ ਕੋਈ ਨਾ, ਹੋਰ ਰਿਸ਼ਤਾ ਨਹੀਂ ਕਰਾਉਣਾ, ਹੋਰ ਤੂੰ ਹੁਣ ਕੁਮਾਰੀ ਬੈਠੀ ਰਹੇਂਗੀ ਇੱਥੇ? ਆਹੋ ਇੱਥੇ ਬੈਠੂੰਗੀ ਮੈਂ ਤਾਂ ਕੁਮਾਰੀ। ਅੱਛਾ ਪਰ ਮੈਂ ਮੇਰਾ ਕਾਹਨੂੰ ਲਿਆ, ਮੈਂ ਵੀ ਕੁਮਾਰੀ ਬੈਠੀ ਰਹਿੰਦੀ, ਫਿਰ ਕੁੜੀਆਂ ਦੇ ਘਰੀ ਬੈਠਾ ਰਹਿਣਾ ਉਹਨੀ ਨਾ। ਤੂੰ ਕਹਿ ਦਿੰਦੀ ਭਈ ਆਪਦੇ ਮਾਪਿਆਂ ਨੂੰ ਮੇਰਾ ਵਿਆਹ ਨਾ ਕਰੋ। ਭਾਈ ਉਹ ਤਾਂ ਹੁਣ ਤੈਨੂੰ ਰਿਵਾਜ ਚਲਾਇਆ ਗਾ ਵੀ ਤੂੰ ਐਂ ਕਹਿ ਦਾਂ ਨੀ ਭਈ ਮੈਨੂੰ ਮੇਰਾ ਰਿਸ਼ਤਾ ਨਾ ਕਰੋ, ਦੇਖ ਰਿਸ਼ਤਾ ਤਾਂ ਜਦੋਂ ਕੁੜੀਆਂ ਮਟਿਆਰਾਂ ਹੋ ਜਾਂਦੀਆਂ ਕਰਨਾ ਪੈਂਦਾ ਮਾਪਿਆਂ ਨੂੰ। ਕੋਈ ਨੀ ਜਿੱਦ ਕਰਾਉਣਾ ਹੋਇਆ ਕਰਾ ਲਾਂਗੇ, ਹਜੇ ਕੀ ਹੋਇਆ ਨਾ ਕਰਾਉਣ ਨੂੰ, ਹੁਣ ਤੂੰ ਨਿਆਣੀ 27-28 ਸਾਲਾਂ ਦੀ ਤੇਰੀ ਉਮਰ ਹੋਈ ਪਈ ਐ, ਹੁਣ ਤੂੰ ਬੱਚੀ ਐ ਕੋਈ ਲੱਗਣੀ ਐ 27-28 ਸਾਲਾਂ ਦੀ? ਮੈਂ ਤੈਨੂੰ ਦੱਸਾਂ ਕੰਮ ਕਰਨ ਸਿੱਖ ਲਾ, ਉਹ ਗੱਲਾਂ ਨਹੀਂ ਹੁਣ ਚੱਲਦੀਆਂ, ਗਾਹਾਂ ਨਹੀਂ, ਹੁਣ ਮੈਂ ਤੇਰੇ ਨਾਲ ਜਾਂਦੀ ਵੀ ਉੱਥੇ ਮੈਂ ਸਮਾਨ ਕਰਕੇ ਧਰ ਦੂੰਗੀ, ਚੱਕ ਕੇ ਮੇਰੇ ਵਾਲਾ ਸੱਸ ਨੂੰ ਫੜਾ ਦੇਂਗੀ। ਬਾਗ ਚੱਲੀ ਫਿਰ ਕੀ ਐ? ਤੇਰੀ ਤਾਂ ਜੀਵ ਹੀ ਬਾਹਲੀ ਚੱਲਦੀ ਐ, ਮੈਂ ਤੈਨੂੰ ਦੱਸਾਂ ਇਹ ਬਗਾਨੇ ਘਰ ਜਾ ਕੇ ਨਹੀਂ ਚੱਲਣੀ ਐ, ਉੱਥੇ ਤਾਂ ਕੰਟਰੋਲ ਚ ਰੱਖਣੀ ਪਊਗੀ, ਉੱਥੇ ਤਾਂ ਉਵੇਂ ਬੋਲਣਾ ਪਊ ਜਿਵੇਂ ਅਗਲੇ ਦਾ ਪਰਿਵਾਰ ਬੋਲਦਾ ਹੋਇਆ। ਕੋਈ ਨੀ ਜਦੋਂ ਪਰਿਵਾਰ ਚ ਜਾਊਂਗੀ ਉੱਥੇ ਤਾਂ ਲੱਗ ਜੂਗਾ ਜਿਹੜਾ ਕੁਛ ਉੱਥੇ ਬਣੂਗਾ। ਮੈਂ ਤੈਨੂੰ ਦੱਸਾਂ ਮੇਰੀ ਭੈਣ ਨੂੰ ਨਾ ਦਵਾ ਦੀ ਲਾਂਬਾ, ਮੇਰੀ ਭੈਣ ਨੇ ਪਾਈ ਐ 10, ਚੰਗਾ ਪਰਿਵਾਰ ਆ ਉਹ, ਖਾਨਦਾਨ ਬੰਦੇ ਨੇ, ਤੇ ਦੇਖੋ ਉਹਨਾਂ ਨੇ ਨਾ ਤਾਂ ਕੋਈ ਉੱਚਾ ਬੋਲਦਾ ਨਾ ਕੋਈ ਦਿੰਦਾ ਜਵਾਬ, ਤੇ ਇਹ ਗੱਲਾਂ ਲੜ ਬੰਨ ਲਾ, ਮੈਂ ਤੈਨੂੰ ਦੱਸਾਂ ਸਿਆਣੀ ਬਣ ਜਾ। ਅੱਛਾ ਫਿਰ ਮੈਂ ਉੱਥੇ ਗੂੰਗੀ ਬਣ ਕੇ ਰਹਾਂਗਾ? ਲੈ ਮੈਂ ਕਦ ਕਿਹਾ ਵੀ ਗੂੰਗੀ ਬਣ ਕੇ ਰਹੀ? ਫਿਰ ਆਪੀ ਤਾਂ ਕਹਿੰਦੀ ਆ ਕਦੋਂ ਉੱਚਾ ਨਹੀਂ ਬੋਲਦੇ, ਫਿਰ ਇੱਥੇ ਕਿਹੜਾ ਮੈਂ ਸਪੀਕਰ ਲਾ ਕੇ ਰੱਖਦੀ ਆ ਨਾ? ਸਪੀਕਰ ਤਾਂ ਹੋਰ ਕੀ, ਤੂੰ ਹੁਣ ਘੱਟ ਆਏਗੀ, ਹੁਣ ਬੇਬੇ ਨਹੀਂ ਹੈਗੀ, ਹੁਣ ਤੇਰੀ ਜੀਭ ਦੇਖ ਕੇ ਮੈਂ ਚੱਲਦੀ ਐ, ਜੋ ਬੇਬੇ ਆ ਗਈ ਨਾ ਬੇਬੇ ਨੂੰ ਮੈਂ ਦੱਸੂਗੀ, ਬੇਬੇ ਹਰੇਕ ਗੱਲ ਦਾ ਜਵਾਬ ਦਿੰਦੀ ਐ। ਦੱਸਦੀ ਤੂੰ ਤੇ ਬੇਬੇ ਦਾ ਮੇਰੇ ਉਹੀ ਮੰਗਰ ਪਈਆਂ ਪਈਆਂ, ਹੁਣ ਤਾਂ ਬਾਹਲੀ ਬੁਰੀ ਲੱਗਣ। ਮੰਗਰ ਮੰਗਰ ਕੋਈ ਨਹੀਂ ਪਈਆਂ ਬਈ ਤੇਰੇ, ਮੈਂ ਤੈਨੂੰ ਦੱਸਾਂ ਕੰਮ ਤਾਂ ਹੁਣ ਦੇਖ ਤੈਨੂੰ ਸਿੱਖਣੇ ਪੈਣਗੇ, ਬਗਾਨੇ ਘਰ ਜਾ ਕੇ ਜਦੋਂ ਕਰਨੇ ਆ ਨਾ ਉਦੋਂ ਪਤਾ ਲੱਗੂ ਤੈਨੂੰ। ਕੋਈ ਨਹੀਂ ਸਿੱਖ ਲਊਗੀ, ਉਦੋਂ ਤੇਰੇ ਬੇਬੇ ਯਾਦ ਆਊਗੀ ਨਾ, ਭਰਜਾਈ ਯਾਦ ਆਊਗੀ ਵੀ ਉਹ ਚੰਗੀ ਕਹਿੰਦੀ ਸੀ ਮੈਂ ਸਿੱਖ ਲੈਂਦੀ ਤਾਂ। ਦੋਨੇ ਮੇਰੇ ਨਾਲ ਹੀ ਭਾਗ ਚੱਲਿਆ ਕਰਿਓ। ਹਾਂ ਉਹ ਨਾ ਮੇਰੀ ਮਾਂ ਨਾਲ ਆਈ ਆ, ਮੇਰੇ ਹੈਗੀ ਤਾਂ ਹੈਗੀ ਮੇਰੀ ਮਾਂ ਇੱਥੇ, ਤੇਰੀ ਮਾਂ ਤਾਂ ਤੁਸੀਂ ਕਿੰਨਾ ਕੁਛ ਕੀਤਾ ਮੇਰੇ ਨਾਲ, ਤੈ ਨਾਲੇ ਬੇਬੇ ਨੇ, ਤੂੰ ਬੇਬੇ ਆਦੇ ਮੰਗਰ ਲਾ ਲਈ ਸੀ, ਗਾਂ ਤੇਰੇ ਵੀ ਨਣ ਦੇਗੀ ਅਗਲੀ, ਉਹ ਵੀ ਲਾ ਸਕਦੀ ਆ ਮੰਗਰ। ਨਾ ਭਾੜ ਕੇ ਦਿਓ ਨਣ ਦੋ, ਮੈਂ ਕੀ ਕਰਾਉਣਾ ਨਣ ਦੋ ਤੋਂ? ਅੱਛਾ ਮੈਂ ਕੀ ਕਰਾਉਣਾ ਨਣ ਦੋ ਤੋਂ? ਤੇ ਤੂੰ ਨੀ ਹੈਗੀ ਮੇਰੇ, ਫਿਰ ਮੈਨੂੰ ਪਹਿਲੀ ਕੱਢ ਦਿੰਦੀ ਤੂੰ ਆਉਣ ਤੋਂ, ਕਹਿ ਦਿੰਦੀ ਜਾਂ ਵੀ ਜਿੱਥੇ ਨਣ ਦੇ ਨਾਲ ਉੱਥੇ ਵਿਆਹ ਕਰ ਦਿਓ। ਆਹੋ ਹੁਣ ਮੈਂ ਤਾਂ ਦੇਖ ਕਿਹਾ ਨਹੀਂ ਸੀ, ਹੁਣ ਤੂੰ ਕਹੀ ਜਾਨੀ ਐ। ਦੇਖ ਬਈ ਕੁੜੀਆਂ ਮੁੰਡੇ ਤਾਂ ਅਗਲੇ ਦਾ ਪਰਿਵਾਰ ਐ, ਉਹ ਤਾਂ ਦੇਖੋ ਹੋਣਗੇ, ਕੁੜੀ ਹਲੇ ਉਹਨਾਂ ਦੀ ਪੜ੍ਹੀ ਜਾਂਦੀ ਐ, ਹਲੇ ਉਹ ਰਿਸ਼ਤਾ ਕਹਿੰਦੇ ਸੀ 2 ਸਾਲ ਕੁੜੀ ਦਾ ਤਾਂ ਕਰਦੇ ਨੀ, ਮੁੰਡੇ ਨੂੰ ਲੈਂਦੇ ਆ, ਮੁੰਡਾ ਮੁਲਾਜ਼ਮ ਐ, ਇਹ ਜਿਹਾ ਰਿਸ਼ਤਾ ਨੀ ਮੁੜ ਕੇ ਮਿਲਣਾ ਤੈਨੂੰ। ਕੋਈ ਨੀ ਹੋਈ ਜਾਵੇ ਮੁਲਾਜ਼ਮ, ਪਹਿਲਾਂ ਉਹਨਾਂ ਨੂੰ ਕੁੜੀ ਵਿਆਹ ਦਿਓ। ਕੋਈ ਨੀ ਉਹ ਤਾਂ ਫਿਰ ਤੂੰ ਕਹਿ ਦੀ, ਤੇਰੀ ਗੱਲ ਕਰਵਾ ਦੇਣੀ ਆ, ਮੈਂ ਨੰਬਰ ਲੈ ਲੈਣੀ ਆ। ਤੂੰ ਕਰਾਉਣੀ ਆ ਹੈਂ ਰਿਸ਼ਤੇ ਤਾਂ ਤੂੰ ਕਰਾਉਣੀ ਆ। ਮੈਂ ਕੀ ਕਰਾਉਣੀ, ਮੇਰੀ ਭੈਣ ਨੇ 10 ਪਾਈ ਐ। ਆ ਫਿਰ ਭੈਣ ਨੂੰ ਤਾਂ ਕਿਹਾ ਫੇਰ ਹੀ ਕਰਾਉਂਦੀ ਆ ਵੀ, ਤੇ ਫਿਰ ਕਰਾਉਣਾ ਨਹੀਂ, ਹੁਣ ਤੂੰ ਸਾਰੀ ਉਮਰ ਕੁਮਾਰੀ ਬੈਠੀ ਰਹੇਂਗੀ ਹੋਰ। ਤੇ ਫਿਰ ਤੂੰ ਐ ਵੀ ਕਹਿ ਸਕਦੀ ਵੀ ਪਹਿਲਾਂ ਉਹ ਕੁੜੀ ਵਿਆਹ ਦੇਣ ਉਹ। ਚੱਲ ਇਹ ਤਾਂ ਤੂੰ ਮੱਤ ਦੇਤੀ, ਮੈਂ ਕੋਈ ਨਹੀਂ ਕਹਿ ਦੂੰਗੀ ਉਹਨਾਂ ਨੂੰ ਵੀ ਭਾਈ ਸਾਡੀ ਕੁੜੀ ਐ ਕਹਿੰਦੀ ਆ ਕੁੜੀ ਵਿਆਹ ਦੇ, ਕੋਈ ਨਹੀਂ ਮੈਂ ਬੇਬੇ ਕੋਲੇ ਕਰੂੰ ਇਹ ਗੱਲ ਜਿਹੜੀ ਤੂੰ ਚਾਂਪ ਰਹੀ ਐ, ਤੂੰ ਤਾਂ ਸਿਰ ਹੀ ਚੜੀ ਜਾਂਦੀ ਐ, ਮੈਂ ਤਾਂ ਤੈਨੂੰ ਮੱਤ ਦੇਣ ਦੀ ਗੱਲ ਕਰਦੀ ਆ, ਤੂੰ ਉਲਟੀ ਮੇਰੇ ਗੱਲ ਪੈਣੀ ਐ।
ਫਿਰ 10 ਕੀ ਲੋੜਾ ਆ ਗਿਆ ਆਪ ਸਾਰਾ ਦਿਨ ਖੇਡਦੀ ਆ ਤੂੰ ਕੀ ਖੇਡਦੀ ਹੈਗੀ ਗੇਮ ਹੁਣ ਤਾਂ ਸਾਰੀ ਗੇਮ ਖੇਡ ਦਿੰਦੀ ਜੇ ਮੈਂ ਖੇਡ ਦਿੰਦੀ ਤਾਂ ਮੇਰੇ ਵਾਰੀਆਂ ਚੜਕਦੀਆਂ ਨੇ ਲੈ ਦੇ ਕਿ ਪ੍ਰਿੰਡ ਲੜ ਗਈ ਮੈਨੂੰ ਦੇਖ ਕੇ ਭੱਜ ਗਈ ਲੈ ਅੰਦਰ ਇਹ ਤਾਂ ਜੰਮੀ ਹੋਈ ਜਾਂਦੇ ਚੰਬਲ ਹੀ ਜਾਂਦੀ ਹੈਗੀ ਹਰਪ੍ਰੀਤ ਕੀ ਕਰੀ ਜਾਂਦੀ ਹੈ ਪੇਪੇ ਸਬਜ਼ੀ ਬਣਾਉਂਦੀ ਸੀ ਤੇ ਸਬਜ਼ੀ ਜਸਵਿੰਦਰ ਨੇ ਬਣਾਉਂਦੀ ਸੀਗੀ ਪੇਪੇ ਜਸਵਿੰਦਰ ਕਿੱਥੇ ਆਖੇ ਲੱਗਦੀ ਮੈਂ ਤਾਂ ਕਿਹਾ ਸੀ ਭਾਈ ਉਹਨੂੰ ਕੋ ਮੈਂ ਤੈਨੂੰ ਆਖਿਆ ਸੀ ਵੀ ਉਹਨੂੰ ਮਾੜਾ ਮੋਟਾ ਕੰਮ ਸਿਖਾਇਆ ਕਰ ਆਪੇ ਬਣਾਉਗੀ ਸਬਜ਼ੀ ਬੇਬੇ ਮੈਂ ਤਾਂ ਸਿਖਾਈ ਸੀ ਬਥੇਰਾ ਕਿਹਾ ਸੀ ਉਹ ਤਾਂ ਬਾਲਾ ਬੋਲਦੀ ਹੈ ਮੇਰੇ ਮੂਹਰੇ ਮੈਂ ਤਾਂ ਨਿਸ਼ਾ ਮੈਂ ਤਾਂ ਹਰੇਕ ਗੱਲ ਦਾ ਜਵਾਬ ਦਿੰਦੀ ਹੈ ਬੋਲਣ ਦਾ ਤਾਂ ਹੁਣ ਆਏ ਜਿਆਦੀ ਲੱਗੀ ਬੋਲਣ ਹਾਂ ਤੇ ਐ ਕਰ ਹੁਣ ਤੂੰ ਸਿਖਾ ਉਹਨੂੰ ਬੇਬੇ ਇੱਕ ਤਾਂ ਹੋਰ ਗੱਲ ਮੈਂ ਤੈਨੂੰ ਦੱਸਦੀ ਹਾਂ ਪਹਿਲੇ ਨੰਬਰ ਤੇ ਤਾਂ ਉਹਦਾ ਤੂੰ ਮੋਬਾਈਲ ਫੜ ਜਦੋਂ ਉਹਨੇ ਪੜ੍ਹਾਈ ਲਿਖਾਈ ਕਰਨੀ ਸੀ ਉਦੋਂ ਉਹਨੂੰ ਲੈ ਕੇ ਦੇਤਾ ਸੀ ਹੁਣ ਕੋਈ ਕੰਮ ਨਹੀਂ ਹੁਣ ਸਾਰਾ ਦਿਨ ਗੇਮ ਖੇਡੀ ਜਾਂਦੀ ਉਹ ਤੇ ਉਹੀ ਗੱਲ ਆ ਫਿਰ ਉਹਦਾ ਸਾਰਾ ਦਾ ਫੋਨ 'ਚ ਗੇਮ 'ਚ ਧਿਆਨ ਹੈ कुड़ी नू काम सारे सिखा दियो पता भी तारा भी कढ़ना पैना मझा सारे काम करोगे मुलाजम सारे काम कर कोई ऐ नहीं है मुलाजम कोई कुर्सी ते बहा लेंगे मुलाजम मुंडा है चल कोई ये किस्मत पढ़ी लिखी गां अगला ला भी सकता है हाँ। तेरा तो कम ही करना पैंदा ना ना कम तो पता करना ही पैंदा कम मुलाजमे दे केड़ा करदे नीगे ते तू ऐ करी तू ओदे नाल गल करी मैं तैनूं दस्सा मैं तो सब्जी बनाई इन्हें मेरी सब्जी ना खराब हो जाए फिर ओए ना उहनूं सब्जी करया करो तो मैं फड़ दिया फोन फोन फड़ लग तो फोन फड़ दिया इहदा आउण दे उहनूं इत्थे मेरे कोले जमी हद होई पई आई नहीं हैगा माड़ा मोटा कम सिख ला ਵੀ ਤੇਰਾ ਰਿਸ਼ਤਾ ਸੀ ਭਾਰੀ ਜਾਂਦੇ ਸੌ ਅੱਜ ਮੁਲਾਜ਼ਮ ਇੰਨਾ ਕੁਛ ਮੰਗਦੇ ਨੇ ਕਿਤੇ ਆਖਣਗੇ ਸਾਡੇ ਨੂਡਲ ਬਣਾ ਕੇ ਦੇ ਕਿਤੇ ਮੈਗੀ ਬਣਾ ਕੇ ਦੇ ਹੈ ਇਹ ਤਾਂ ਪਿੰਡ ਵਾਲੇ ਆ ਜਿਹੜੇ ਇੱਕ ਵਾਰੀ ਰੋਟੀ ਥੱਪ ਕੇ ਆਪਾਂ ਬਹਿ ਜਾਂਦੇ ਹਾਂਗੇ ਇਹ ਤਾਂ ਭੰਦ ਬਥੇਰਾ ਖਾਣਾ ਭਾਲਦੇ ਨੇਗੇ ਮੁਲਾਜ਼ਮ ਤਾਂ ਆਈ ਨੀ ਹੈਗਾ ਸਿੱਖ ਲਾ ਮਾੜਾ ਮੋਟਾ ਮੇਰੀ ਗੁਤਰੀ ਖੇ ਪਾਊਗੇ ਕਿ ਮਾਂ ਪਤਾ ਸਿਖਾ ਕੇ ਤੋਰੀਏ ਕਿ ਨਾ ਕੁਛ ਬੇਬੇ ਹਾਂ ਭਾਈ ਮੇਰੀ ਗੱਲ 'ਚ ਕੋਈ ਧਿਆਨ ਦਿੱਤਾ ਭੈਣ ਨੂੰ ਕੰਮ ਸਿਖਾਇਆ ਕੋਈ ਧਿਆਨ ਤਾਂ ਭਾਈ ਬਥੇਰਾ ਦਿੰਦੀ ਹੈ ਉਹ ਤਾਂ ਪੁੱਛਣਾ ਮੋਬਾਈਲ ਤੇ ਕੁੜੀ ਰਹਿੰਦੀ ਹੈ ਕਿ ਗੇਮਾਂ ਦੇਖੀ ਜਾਂਦੀ ਖੇਡੀ ਜਾਂਦੀ ਉੱਥੇ ਬੇਬੇ ਮੇਰੀ ਗੱਲ ਸੁਣ ਲੈ ਉੱਥੇ ਗੇਮਾਂ ਨਹੀਂ ਚੱਲਣੀਆਂ ਮੈਂ ਤਾਂ ਬਥੇਰਾ ਕਹਿਣੀ ਹੈ ਵੀ ਸਾਰੇ ਘਰ ਨਹੀਂ ਚੱਲਦੇ ਭਾਈ ਗੇਮਾਂ ਹਾਂ ਕੰਮ ਸਿਖਾਓ ਉਹਨੂੰ ਕੋਈ ਉਹ ਹਰਪ੍ਰੀਤ ਵੀ ਬਥੇਰਾ ਮੱਥਾ ਮਾਰਦੀ ਹੈ ਵਿਚਾਰੀ ਉਹਦੇ ਵੀ ਨਹੀਂ ਸੁਣਦੀਗੀ ਲੈ ਆ ਗਈ ਪੁੱਛ ਲੈ ਇਹਨੂੰ ਮੈਨੂੰ ਤਾਂ ਕੀ ਪੁੱਛ ਲੈ ਮੈਨੂੰ ਤਾਂ ਬੇਬੇ ਨੇ ਕਿਹਾ ਸੀਗਾ ਕਿ ਭਾਈ ਕੰਮ ਸਿਖਾ ਦੇ ਤੇ ਦੇਖ ਮੈਥੋਂ ਤਾਂ ਹੁਣ ਉਹ ਸਿੱਖਦੀ ਨਹੀਂ ਮੈਨੂੰ ਤਾਂ ਉਹ ਜਵਾਬ ਦਿੰਦੀ ਹੈ ਉਹ ਤਾਂ ਜਿਹੜੇ ਸਬਜ਼ੀ ਜਸਵਿੰਦਰ ਬਣਾਉਂਦੀ ਸੀ ਉਹ ਇਸ ਵਾਰ ਦਾ ਹੁਣ ਸਬਜ਼ੀ ਚ ਆਉਂਦਾ ਹੈਗਾ ਹੁਣੇ ਮੈਨੂੰ ਸਮਝ ਨਹੀਂ ਆਉਂਦੀ ਕੀ ਗੱਲ ਬਣੀ ਜਾਂਦੀ ਹੈ ਬੇਬੇ ਗੱਲ ਤਾਂ ਮੈਂ ਤੈਨੂੰ ਅੱਜ ਤੱਕ ਦੱਸੀ ਨਹੀਂ ਸੀ ਨਾ ਮੈਂ ਇਹਦੇ ਕੋਲੇ ਗੱਲ ਕਰੀ ਹੈ ਮੈਂ ਕਹਿੰਦੀ ਸੀ ਵੀ ਚੱਲ ਕੋਈ ਨਹੀਂ ਉਹ ਨਿਆਣੀ ਹੈ ਜਿਹੋ ਜਿਹਾ ਕੁਝ ਕਰੀ ਜਾਂਦੀ ਹੈ ਕਰੀ ਜਾਣਦੇ ਕੋਈ ਨਹੀਂ ਆਪੇ ਸਿਆਣੀ ਹੋ ਜੂਗੀ ਆ ਤੂੰ ਫੇਰ ਵੀ ਲੰਮੀ ਸੋਚਦੀ ਸੀਗੀ ਮੈਂ ਤਾਂ ਲੰਮੀ ਸੋਚਦੀ ਸੀ ਹਾਂ ਮੈਂ ਤਾਂ ਇਹ ਚੀਜ਼ ਸੋਚਦੀ ਸੀ ਬੇਬੇ ਉਹ ਗੱਲ ਤਾਂ ਦੱਸ ਗੱਲ ਕੀ ਹੈ ਗੱਲ ਤਾਂ ਐ ਬੇਬੇ ਸਮਾਨ ਤਾਂ ਪਹਿਲਾਂ ਵੀ ਮੇਰੇ ਬਣੇ ਹੀ ਹੁੰਦਾ ਸੀ ਜਿਹੜਾ ਤੈਨੂੰ ਜਸਵਿੰਦਰ ਫੜਾਉਂਦੀ ਸੀ दिमाग तेज हो जू कुड़ी दा ਉਹ ਜਿਹੜੀ ਤੂੰ ਸਬਜ਼ੀ ਬਣਾਉਂਦੀ ਸੀ ਤੂੰ ਉਹ ਚ ਪਾਣੀ ਪਾਉਂਦੀ ਕਿਤੇ ਚਾਹ ਚ ਉਹ ਕਰ ਦਿੰਦੀ ਸੀ ਕੱਚੀ ਲੱਸੀ ਕਰਕੇ ਦੇ ਦਿੰਦੀ ਸੀਗੀ ਹੈ ਦੂਸਰਾ ਉਹਦੇ ਜਿੰਮੇ ਉਹ ਕਰ ਦਿੰਦੀ ਸੀਗੀ ਕੀ ਕਰ ਦਿੰਦੀ ਸੀ ਬੇਬੇ ਮੈਂ ਤਾਂ ਕੱਲੀ ਪੜਾਈ ਸਿੱਖੀ ਆ ਪੜਾਈ ਵੀ ਸਿੱਖੀ ਆ ਫਿਰ ਉਹ ਜੇ ਵਧੇ ਬਣਾਉਂਦੀ ਚੀਜ਼ਾਂ ਤੂੰ ਉਹ ਚ ਉਹ ਕਰਦੀ ਸੀ ਬੈਠਾ ਕਰਨ ਲੱਗ ਗਈ ਸੀਗੀ ਮੈਂ ਕਿਹੜਾ ਕੰਮ ਸਿੱਖਿਆ ਫਿਰ ਕੋਈ ਤੈਨੂੰ ਕਿਹਨੇ ਸਿਖਾਇਆ ਬੈਠਾ ਕਰਨ ਇਹ ਜੀਆਂ ਕਿਹਨੇ ਸਿਖਾਉਣਾ ਸੀ ਤਾਂ ਮੈਂ ਹੀ ਕਰ ਦਿੰਦੀ ਸੀ ਪਤਾ ਕਿੱਥੋਂ ਸਿੱਖਿਆ ਬੈਠਾ ਇਹ ਆ ਸਾਰਾ ਦਿਨ ਆ ਫੋਨਾਂ ਤੇ ਸਿੱਖਦੀਆਂ ਗਿਆ ਆ ਜਿਹੜੇ ਫੋਨ ਪਵਾੜੇ ਪਾਉਂਦੇ ਨੇਗੇ ਭੈਣੇ ਉਹ ਇੱਥੇ ਤਾਂ ਗੱਲਾਂ ਚੱਲੀ ਗਈਆਂ ਤੇਰੀ ਭਰਜਾਈ ਨਾਲ ਤਾਂ ਉੱਥੇ ਗੱਲਾਂ ਨਹੀਂ ਚੱਲਣੀਆਂ ਸਹੁਰੇ ਘਰ ਨਹੀਂ ਚੱਲਦੇ ਬਈ ਬੇਬੇ ਸਾਨੂੰ ਲਾਂਬੇ ਆਉਣੇ ਤਾਂ ਮੈਨੂੰ ਜਵਾਬ ਦਿੰਦੀ ਜੇ ਮੈਂ ਇਹਨੂੰ ਆਖਿਆ ਵੀ ਇੱਥੇ ਤਾਂ ਤੂੰ ਸਮਾਨ ਚੱਕ ਲੈਂਦੀ ਸੀ ਮੇਰਾ ਫੜਾਉਂਦੀ ਸੀ ਬੇਬੇ ਨੂੰ ਤੇ ਬਗਾਨੇ ਘਰ ਜਾ ਕੇ ਕੀ ਕਰੇਂਗੀ ਕਹਿੰਦੀ ਤੂੰ ਤੇ ਬੇਬੇ ਨਾਲ ਵਗ ਚੱਲਿਓ
ਮੈਨੂੰ ਪੁੱਛਣਾ ਮੈਂ ਆਪਦੀ ਮਾਂ ਨੂੰ ਲੈ ਕੇ ਆਈ ਹੈਗੀ ਹਾਂ ਜਾਂ ਮੈਂ ਲੈ ਕੇ ਆਈ ਹਾਂ ਹਾਂ ਕੁੜੀਆਂ ਤਾਂ ਕੱਲੀਆਂ ਆਉਂਦੀਆਂ ਹੁੰਦੀਆਂ ਇਹ ਕਿਹਨੇ ਤੈਨੂੰ ਜਵਾਬ ਜੇ ਦੇਣ ਆ ਗਿਆ ਮੂੰ ਤੇ ਫਿਰ ਕੀ ਹੋ ਗਿਆ ਜੇ ਕਹਿਤਾ ਲੈ ਆਏ ਕਿ ਮੇਵਾ ਮਾਵਾ ਤੁਰ ਪੰਦੀਆਂ ਨੇ ਗਿਆ ਹਾਂ ਕਹਿ ਦਿੱਤਾ ਇਹ ਵੀਰਾ ਕਿੱਥੇ ਚਲਾਇਆ ਤੂੰ ਕੀ ਤਾਂ ਸੋਨਾ ਮੈਨੂੰ ਵੀ ਦੱਸ ਦੇ ਬੇਬੇ ਇਹ ਤਾਂ ਉਲਟਾ ਹੋਰ ਵੀ ਕਹਿੰਦੀ ਹੈ ਕਿਹੜੀ ਸਿਆਣੀ ਨੇ ਕਿਹਾ ਮੇਰੇ ਕੋ ਫੜ ਕੇ ਲਿਆ ਉਹਦੀ ਬਾਹ ਮੈਂ ਤਾਂ ਪਤਾ ਦੇ ਜਾਊਂਗੀ ਬੇਬੇ ਬੇਬੇ ਮੈਂ ਕਿੱਥੇ ਜਾਣੀ ਆ देख ला बेबे तू तो कह सी तेरी भैन सारे काम जानदी है की काम जानदी है जेड़ा फोन चल पे ਇਹਨੇ ਤਾਂ ਜਮੀ ਪੱਠਾ ਪੱਠਿਆ ਤਾ ਨਾ ਤਾਂ ਕੰਮ ਦੀਆਂ ਨਾ ਧੰਦੇ ਦੀਆਂ ਬਸ ਸਾਰਾ ਦਾ ਵੀਡੀਓ ਦੇਖ ਲਿਆ ਆ ਰਹਿੰਦੀਆਂ ਨੇ ਕਿਹੜੀਆਂ ਵੀਡੀਓ ਬੇਬੇ ਤਾਂ ਗੇਮਾਂ ਖੇਡਦੀ ਤੇ ਤੂੰ ਫੋਨ ਫੜ ਲੈ ਮੈਂ ਤੈਨੂੰ ਇੱਕ ਵਾਰੀ ਕਹਤਾ ਨਹੀਂ ਦੇਖ ਲੈ ਕੰਮ ਖਰਾਬ ਹੋ ਜੂ ਹੁਣ ਗੇਮਾਂ ਖੇਡਣ ਨਿਆਣੀ ਤਾਂ ਨਹੀਂ ਇਹ ਬੇਬੇ ਤੂੰ ਤਾਂ ਮੇਰੇ ਗਲ ਪੈ ਗਈ ਸੀ ਕਿ ਤੇਰੀ ਸਾਲੀ ਕਿਹੜਾ ਜੱਜ ਲੱਗੀ ਆ ਆ ਦੇਖ ਲੈ ਹੁਣ ਹਾਂ ਮੈਂ ਨਹੀਂ ਪਤਾ ਸੀ ਵੀ ਆਦਾ ਰੁਪਿਆ ਖੋਟਾ ਨਿਕਲੂਗਾ ਹਾਂ ਜੇ ਮੈਂ ਉੱਥੇ ਰਿਸ਼ਤਾ ਕਰਿਆ ਤਾਂ ਆਪਾਂ ਨੂੰ ਤਾਂ ਲਾਂਬਾ ਦਿਵਾਣ ਦੀ ਭੈਣ ਲਾਂਬਾ ਤਾਂ ਹੁਣ ਪੱਤੀ ਆ ਹੁਣ ਇਹਦੇ ਤੁਸੀਂ ਗੱਲ ਨਾ ਪਾਓ ਐ ਨਾ ਕਰੋ ਇਹਨੂੰ ਦੇਖ ਕੰਮ ਆਪਾਂ ਸਿਖਾ ਦਾਂਗੇ ਮੈਥੋਂ ਤਾਂ ਨਹੀਂ ਇਹ ਸਿੱਖਦੀ ਮੈਨੂੰ ਤਾਂ ਇਹ ਦਿੰਦੀ ਹੈ ਜਵਾਬ ਤੇ ਤੂੰ ਸਿਖਾ ਪਈ ਆਏ ਤਾਂ ਮੈਂ ਸਿਖਾਉਂ ਤੂੰ ਵੀ ਇਹ ਕਹ ਤੈਨੂੰ ਕਿਵੇਂ ਜਵਾਬ ਦੇਊਗੀ ਇਹਦੀ ਕੀ ਹਿੰਮਤ ਹੈ ਵੀ ਜਵਾਬ ਦੇ ਦੂੰ ਤੈਨੂੰ ਵੱਡੀ ਭਰਜਾਈ ਆ ਦੇਖ ਲੈ ਭੈਣੇ ਹੁਣ ਤੂੰ ਗਲਤੀ ਤੇਰੇ ਚ ਗਲਤੀ ਮੰਨਣੀ ਬੁੱਧਨ ਹੁਣ ਚਲ ਕੋਈ ਨਹੀਂ ਭਾਈ ਇਹ ਦੁਮੜ ਕੇ ਮੈਂ ਸਾਰੇ ਕੰਮ ਸਿੱਖ ਲੂੰਗੀ ਹੁਣ ਵੀ ਲੈਣ ਤੇ ਆ ਗਈ ਦੇਖ ਜਸਵਿੰਦਰ ਸਿਖਾਤਾ ਸਾਰੇ ਨੂੰ ਗੱਲ ਕਰ ਸਿੱਖਣੇ ਹੋਣਗੇ ਜਵਾਬ ਨਹੀਂ ਦੇਣਾ ਨਾ ਮੈਂ ਆਪ ਹੀ ਸਿੱਖ ਲੂੰਗੀ ਹਾਂ ਸਿੱਖ ਲੈ ਭਾਈ ਆਪ ਹੀ ਸਿੱਖ ਲੇਂਗੀ ਫਿਰ ਮੈਂ ਕਦ ਕਹਿੰਨੀ ਵੀ ਨਾ ਸਿੱਖੋ ਚੰਗਾ ਬੇਬੀ ਕਰੇ ਕੰਨ ਖੁੱਲ ਗਏ ਨਹੀਂ ਹੋਰ ਕਿਵੇਂ ਤੇਰੇ ਕੰਨ ਖੁੱਲ ਗਏ गरलाल ਮੈਨੂੰ ਆਇਆ ਵੀ ਬਾਦ ਹੁੰਦੇ ਦੇ ਤੈਨੂੰ ਤੋੜਦਾ ਚੱਲ ਬੜੇ ਪਰਵਾਹ ਮਿਲ ਗਿਆ ਬੇਬੇ ਮੈਂ ਨਹੀਂ ਜਾਣੀ ਇਹਨੂੰ ਤੂੰ ਬੋਲਣਾ ਵਾਲਾ ਤੂੰ ਆਰਾਮ ਕਰ ਲੱਭਦਾ ਚੱਲ ਬਈ ਬੇਬੇ ਤੂੰ ਬੋਲਣਾ ਹੁਣ ਦੇਖ ਮੈਂ ਉਹਨੂੰ ਸਾਰਾ ਕੁਝ ਸਿਖਾ ਦੂੰਗਾ ਆਹ ਤੂੰ ਉਹਨੂੰ ਸਾਰਾ ਸਿਖਾ ਕੋਈ ਨਹੀਂ ਹੈਗੀ ਪੜ੍ਹੀ ਲਿਖੀ ਆ ਉਹ ਕੋਈ ਨਹੀਂ ਕਰਦੀ ਉਹ ਮੈਨੂੰ ਪਤਾ ਆਦਾ ਮੈਨੂੰ ਪਤੀ ਹੈ ਹੁਣ ਬੈਠ ਤੇ ਥੋੜੀ ਵੱਧ ਕਰਨ ਲੱਗ ਗਈ ਇਹ ਕੋਈ ਨਹੀਂ ਬੈਠ ਤਾਂ ਕਰ ਦੂੰਗੀ ਬੇਬੇ ਅਗੇ ਇਹ ਕੱਪੜੇ ਕਹਿੰਦੀ ਤਾਂ ਤੇਰੇ ਜੁੰਮੇ ਲਾਉਂਦੀ ਮੈਂ ਕਹਿੰਦੀ ਵੀ ਹਾ ਬੂ ਹੋਰ ਕੁਝ ਵੀ ਨਹੀਂ ਆਉਂਦਾ ਐ ਨਹੀਂ ਪਤਾ ਵੀ ਆਉਂਦੀ ਧੀ ਐਡੀ ਬੈਠ ਤੇ ਬਣ ਰਹੀ ਹੈਗੀ ਇਹ ਤਾਂ ਜਮੀ ਲੋੜਾ ਪਾਈ ਜਾਂਦੀ ਹੈਗੀ ਬੱਖਰੀ ਸੋ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣੇ ਹੁਣੇ ਜੋ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੱਖਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਕਮੈਂਟ ਕੀਤੇ ਆ ਅਸੀਂ ਨਾਮ ਬੋਲਣ ਜਾ ਰਹੇ ਹਾਂ ਗੁਰਦੀਪ ਢਾਲੀਵਾਲ ਜਸਵੀਰ ਕੌਰ ਪਰਮਿੰਦਰ ਕਮਾਨ ਲੌਂਗੋਵਾਲ ਸਵਰਨਜੀਤ ਕੌਰ ਬੈਰੋਕੇ ਸਿੱਧੂ ਫਿਲਮਜ ਬਲਵਿੰਦਰ ਸਿੰਘ ਚਾਨਾ ਰਾਮਕੜੀਆ ਰਤੀਆ ਪੰਜਾਬੀ ਜਨਤਾ ਚੈਨਲ ਦਿਲਵਾਗ ਸਿੰਘ ਸੁਖਜੀਤ ਕੌਰ ਗੁਰਦਾਸਪੁਰ ਮਨਜੀਤ ਕੌਰ ਮੋਹਾਲੀ ਰਮੇਸ਼ ਕੁਮਾਰ ਵੰਸਲ ਸਿਰਸਾ ਹਰਿਆਣਾ ਕੁਲਵੀਰ ਗਿੱਲ ਕੁਲਵਿੰਦਰ ਕੌਰ ਨਾਗਰਾ ਰਾਣਾ ਲਹਿਰੀ ਪੋਵੀ ਰਾਜਾ ਹਾਂਗਕਾਂਗ ਅਮਰ ਸਿੰਘ ਪਟਿਆਲਾ ਸਰਬਜੀਤ ਢਿੱਲੋਂ ਅਨੀਤਾ ਰਾਣੀ ਨੀਲੋਂ ਮਾਨਸਾ ਜਸਪਾਲ ਕੌਰ ਡਾਕਟਰ ਰਣਜੀਤ ਸਿੰਘ ਖੰਗੂੜਾ ਪਿੰਡ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਮਹਿਕਦੀਪ ਸਿੱਧੂ ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਮੰਗੋ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।